ਪੰਜਾਬ ਚ ਲੱਗੇ ਕਰਫਿਊ ਕਰਕੇ ਗਰੀਬ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ ਤੇ ਜਿਸ ਦੇ ਚਲਦਿਆਂ ਕੁਝ ਦਿਨਾਂ ਤੋਂ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਸੇਵਾ ਕਰ ਰਹੇ ਨੇ। ਅੱਜ ਉਹਨਾਂ ਨੇ ਗੁਰਦੁਆਰਾ ਗੁਰੂ ਕੀ ਵਡਾਲੀ ਵਿਖੇ ਲੰਗਰ ਵੰਡਿਆ ਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਇਹ ਕਰੋਨਾ ਵਾਲੀ ਬਿਮਾਰੀ ਦਾ ਜਲਦੀ ਜਲਦੀ ਕੋਈ ਹੱਲ ਹੋਵੇ ਤੇ ਸਭ ਕੁਝ ਠੀਕ ਹੋਵੇ। ਉਹਨਾਂ ਸਾਰਿਆਂ ਵਾਸਤੇ ਕਾਮਯਾਬੀ ਦੀ ਅਰਦਾਸ ਵੀ ਕੀਤੀ। ਪੰਜਾਬ ਦੇ ਹਰ ਗਾਇਕ ਨੂੰ ਚਾਹੀਦਾ ਹੈ ਕਿ ਉਹ ਘੱਟੋ ਘੱਟ ਆਪਣੇ ਪਿੰਡ ਜਾਂ ਸ਼ਹਿਰ ਦੇ ਲੋਕਾਂ ਦੀ ਸਾਰ ਲੈਣ ਤੇ ਉਹਨਾਂ ਲਈ ਲੰਗਰ ਦਾ ਪ੍ਰਬੰਧ ਕਰਨ, ਕਿਉਂਕਿ ਅੱਜ ਹਰ ਗਾਇਕ ਦਾ ਫੈਨ ਉਸ ਨੂੰ ਸੁਣਨ ਵਾਲਾ ਮੁਸ਼ਕਿਲ ਵਿੱਚ ਹੈ ਤੇ ਬਹੁਤ ਲੋਕ ਗਰੀਬ ਵੀ ਹਨ ਜਿਨ੍ਹਾਂ ਦਾ ਰੋਜ਼ਾਨਾ ਦਿਹਾੜੀ ਮਿਹਨਤ ਮਜ਼ਦੂਰੀ ਦਾ ਕੰਮ ਬੰਦ ਹੈ ਤੇ ਉਹਨਾਂ ਨੂੰ ਇਸ ਵੇਲੇ ਸਹਾਰੇ ਦੀ ਬਹੁਤ ਲੋੜ ਹੈ। ਗਾਇਕ ਲਖਵਿੰਦਰ ਵਡਾਲੀ ਨੇ ਕਿਹਾ ਕਿ ਅਸੀਂ ਜਿੰਨਾ ਹੋ ਸਕਿਆ ਆਪਣੇ ਆਲੇ ਦੁਆਲੇ ਦੇ ਆਪਣੇ ਇਲਾਕੇ ਦੇ ਜ਼ਰੂਰਤਮੰਦਾਂ ਦੀ ਮਦਦ ਕਰਾਂਗੇ। ਪਤਾ ਹੀ ਹੈ ਕਿ ਇਸ ਵੇਲੇ ਕੀ ਹਾਲਾਤ ਬਣੇ ਹੋਏ ਆ ਪੰਜਾਬ ਦੇ। ਸੋ ਹਰ ਇੱਕ ਨੇ ਆਪਣੇ ਵੱਲੋਂ ਜਿਹੜਾ ਫਰਜ਼ ਆ ਇਨਸਾਨੀਅਤ ਦੇ ਤੌਰ 'ਤੇ ਨਿਭਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਇਸ ਵੇਲੇ ਪਿੰਡ ਗੁਰੂ ਕੀ ਵਡਾਲੀ ਦੇ ਵਿੱਚ ਮੈਂ ਖੜ੍ਹਾ ਹਾਂ ਔਰ ਇਹ ਮੇਰਾ ਜੱਦੀ ਪਿੰਡ ਆ ਅਤੇ ਇੱਥੋਂ ਮੈਨੂੰ ਜਿਹੜਾ ਉਹ ਸਲਾਹ ਦਿੱਤੀ ਗਈ ਛਾਬੜਾ ਸਾਹਿਬ ਵੱਲੋਂ ਕਿ ਪਿੰਡ ਗੁਰੂ ਕੀ ਵਡਾਲੀ ਦੇ ਵਿੱਚ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜੇ ਲੋਕ ਇਸ ਵੇਲੇ ਨੀਡੀ ਨੇ, ਜਿਹੜੇ ਭੁੱਖੇ ਨੇ, ਉਹਨਾਂ ਨੂੰ ਰੋਟੀ ਖਵਾਈ ਜਾਵੇ। ਸੋ ਇਹ ਜਿਹੜਾ ਆ ਲੰਗਰ ਉਹ ਅੱਜ ਸ਼ੁਰੂ ਕੀਤਾ ਗਿਆ। ਪਿਛਲੇ 2 ਦਿਨਾਂ ਤੋਂ ਅਸੀਂ ਲੱਗੇ ਹੋਏ ਸੀਗੇ ਪਰ ਸਾਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਕਿੱਥੇ ਤੱਕ ਪਹੁੰਚ ਕੀਤੀ ਜਾਵੇ ਅਤੇ ਇਹ ਸਮਝ ਨਹੀਂ ਆ ਰਹੀ ਸੀ ਕਿ ਕਿਹੜੇ ਬੰਦੇ ਨੂੰ ਵਾਕਈ ਚਾਹੀਦਾ ਆ, ਕਿਹੜਾ ਬੰਦਾ। ਕੋਸ਼ਿਸ਼ ਤਾਂ ਕੀਤੀ ਪਹੁੰਚਣ ਦੀ ਪਰ ਕਿਤੇ ਨਾ ਕਿਤੇ ਸਾਨੂੰ ਲੱਗਿਆ ਕਿ ਰਿਪੀਟ ਹੋ ਰਹੀ ਆ ਸਾਡੇ ਕੋਲੋਂ ਗੱਲ ਵੀ ਜਿੱਥੇ ਨਹੀਂ ਚਾਹੀਦਾ ਉੱਥੇ ਦੇਈ ਜਾ ਰਹੇ ਹਾਂ ਜਾਂ ਜਿੱਥੇ ਚਾਹੀਦਾ ਉੱਥੇ ਤੱਕ ਨਹੀਂ ਪਹੁੰਚਿਆ ਜਾ ਰਿਹਾ। ਸੋ ਛਾਬੜਾ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਵੀ ਜਿਨ੍ਹਾਂ ਨੂੰ ਲੋੜ ਆ, ਜਿਨ੍ਹਾਂ ਨੇ ਖਾਣਾ, ਜਿਨ੍ਹਾਂ ਨੂੰ ਭੁੱਖ ਆ, ਉਹ ਇੱਥੇ ਆ ਕੇ ਗੁਰਦੁਆਰਾ ਜਨਮ ਸਥਾਨ ਗੁਰੂ ਕੀ ਵਡਾਲੀ ਵਿਖੇ ਜਿਹੜੇ ਸਾਡੇ ਲਾਗੇ ਇਲਾਕੇ ਦੇ ਜਾਂ ਲਾਗੇ ਬੰਨੇ ਦੇ ਲੋਕ ਨੇ ਉਹ ਜਿਹੜੇ ਭੁੱਖੇ ਨੇ ਉਹ ਆ ਕੇ ਸ਼ਾਮ ਨੂੰ ਆਪਣਾ ਜਾਂ ਸਵੇਰ ਨੂੰ ਹੁਣ ਲੰਗਰ ਸ਼ੁਰੂ ਕਰਤਾ ਹੈ ਆਪਣੇ ਸਬਜ਼ੀ ਦਾ। ਅਤੇ ਜਿਨ੍ਹਾਂ ਨੂੰ ਜਿਹੜੇ ਬਹੁਤ ਜ਼ਿਆਦਾ ਗਰੀਬੀ ਰੇਖਾ ਤੋਂ ਥੱਲੇ ਨੇ ਉਹਨਾਂ ਦੇ ਲਈ ਮੇਰੇ ਖਿਆਲ ਆਟੇ ਦੇ ਲਈ ਵੀ ਜਿਹੜਾ ਕੋਈ 2-4-5 ਕਿਲੋ ਦਾ ਜਿਹੜਾ ਜਾਂ ਜੋ ਵੀ ਬਣਦਾ ਸੜਦਾ ਹੋਏਗਾ ਉਹਨਾਂ ਨੂੰ ਜ਼ਰੂਰ ਦਿੱਤਾ ਜਾਏਗਾ ਜੀ। ਉਹਦਾ ਵੀ ਇੰਤਜ਼ਾਮ ਜਿਹੜਾ ਕਰ ਰਹੇ ਹਾਂ ਕਿਉਂਕਿ ਅੱਜ ਪਹਿਲਾ ਦਿਨ ਆ ਅਤੇ ਇਸ ਕਰਕੇ ਸਾਨੂੰ ਕਈ ਚੀਜ਼ਾਂ ਸਾਡੇ ਕੋਲੋਂ ਅੱਜ ਹੋ ਸਕਦਾ ਨਹੀਂ ਵੀ ਹੋ ਸਕਣ ਅਤੇ ਜਿਵੇਂ ਜਿਵੇਂ ਸਾਨੂੰ ਪਤਾ ਲੱਗੂਗਾ ਉਵੇਂ ਉਵੇਂ ਆਪਾਂ ਕਰਾਂਗੇ। ਲੋਕ ਸਮਝਦੇ ਨੀ ਹੈਗੇ ਕਿ ਇਹ ਚੀਜ਼ ਸਾਡੇ ਵਾਸਤੇ ਫਾਇਦੇਮੰਦ ਹੈ ਕਿ ਨੁਕਸਾਨ ਵੀ ਇਸ ਚੀਜ਼ ਦਾ ਕਿ ਅਸੀਂ ਕਲੋਜ਼ ਨਾ ਹੋਈਏ। ਕੱਲ ਜਿਹੜੇ ਜਾਂਦਾ ਨਾਲ ਹੀ ਇਹਨੇ ਨਾ ਪੂਰੀ ਲਿਸਟ ਲਾਈ ਆ ਕਿ ਕਿਹੜੇ ਘਰ 'ਚ ਰਸ਼ ਚਾਹੀਦਾ ਕਿ ਕਿਹ ਨਹੀਂ ਚਾਹੀਦਾ। ਫਿਰ ਅਸੀਂ ਕੱਲ ਗਏ ਸੀ, ਅਸੀਂ ਬਣਾਈਆਂ ਹੋਈਆਂ ਇਸੇ ਕੀਤਾ, ਸਾਡੀਆਂ ਟੀਮਾਂ ਲੱਗੀਆਂ ਹੋਈਆਂ, ਸਰਵੇ ਕੀਤਾ ਹੋਇਆ। ਹਾਂਜੀ ਤੁਸੀਂ ਮਤਲਬ ਰੱਜੇ ਨੂੰ ਰਜਾਈ ਜਾਵੇ ਕਿ ਉਹਦਾ ਕੋਈ ਸਾਨੂੰ ਜਿਹੜਾ ਫੋਨ ਆਉਣ ਡਿਆ ਸੀ ਕਿ ਚੌਂਕੀ 'ਤੇ ਸੰਪਰਕ ਕਰੋ, ਉੱਥੇ ਲਿਖਾ ਦਿਓ ਨਾ, ਅਸੀਂ ਆਪੇ ਪਹੁੰਚ ਜਾਵਾਂਗੇ। ਬਿਲਕੁਲ ਕੱਲ੍ਹ ਕਹਿੰਦੇ ਭਾਅ ਜੀ ਨਹੀਂ ਕਹਿੰਦੇ ਵੀ ਆਉਣ ਲੱਗੇ ਭਾਈ ਕਹਿੰਦੇ ਮੈਂ ਆਪ ਨਾਲ ਚੱਲਾਂਗਾ ਕੱਲ੍ਹ ਨੂੰ, ਕੋਈ ਨਹੀਂ ਆਪਾਂ ਉੱਧਰ ਲੈ ਜਾਵਾਂਗੇ ਦੂਸਰੇ ਜਿਹੜੇ ਜ਼ਿਆਦਾ।
ਚਲੋ ਚਲਵਾਓ ਚਲੋ ਅਗਲੇ ਜਿਹਨੂੰ ਪੈਂਦੀ ਭਾਂਡਾ ਨੀ ਲੱਗਣਾ ਚਾਹੀਦਾ ਤਾਂ ਚੁੱਕ ਕੇ ਇੱਧਰੋਂ ਆ ਜਾਓ ਇੱਧਰੋਂ ਸ਼ੁਰੂ ਕਰੋ ਮਾਤਾ ਜੀ ਗਾਂ ਨੀ ਕਿਸੇ ਨੇ ਆਉਣਾ ਉੱਥੇ ਡੱਬੇ ਡੱਬੇ ਤੁਹਾਡੇ ਕੋਲ ਪਹੁੰਚ ਜਾਣਾ ਤੁਸੀਂ ਤੁਰਦੇ ਜਾਣਾ ਉਸ ਵੇਲੇ ਪਿੱਛੇ ਲੱਗੇ ਜਾਓ ਡੱਬੇ ਡੱਬੇ ਜੀ ਕੋਈ ਨਹੀਂ ਮੈਡਮ ਜੀ ਹਾਂਜੀ ਤੁਰੇ ਜਾਓ ਸ਼ੁਰੂ ਕਰੋ ਲੈ ਕੇ ਤੁਰੇ ਜਾਓ ਤੁਸੀਂ ਲੈ ਕੇ ਤੁਰੇ ਜਾਓ ਜਿੰਨਾ ਚਲੋ ਆਪ ਆਓ ਮੈਡਮ ਚਲੋ ਇੱਕ ਤਾਂ ਮੈਡਮ ਕੋ ਕਰਾ ਚਲੋ ਰੱਖ ਲਓ ਮੈਂ ਨਾਲ ਹੀ ਹਾਂ ਨਾਲ ਹੀ ਆ ਬਾਬਾ ਚਲੋ 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 ਦਾਦੀ ਨੂੰ ਫੜ ਲਾ ਵਿੱਚ
ਚਲੋ।